ਸਤਿ ਸ਼੍ਰੀ ਅਕਾਲ ਜੀ। ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ੀ ਸਰਾ। ਬਾਲੀਵੁੱਡ ਦੇ ਫੇਮਸ ਸਿੰਗਰ ਤੇ ਐਕਟਰ ਜੱਸੀ ਗਿੱਲ ਨੇ ਕੰਗਨਾ ਰਨੌਤ ਦੇ ਨਾਲ ਕਿਉਂ ਲਿਆ ਪੰਗਾ, ਜਾਣ ਲਈ ਦੇਖੋ ਸਾਡੀ ਅੱਜ ਦੀ ਖਾਸ ਰਿਪੋਰਟ। ਜੱਸੀ ਗਿੱਲ ਨੇ ਨਾ ਸਿਰਫ ਪੰਜਾਬੀ ਇੰਡਸਟਰੀ 'ਚ ਬਲਕਿ ਬਾਲੀਵੁੱਡ ਇੰਡਸਟਰੀ 'ਚ ਆਪਣਾ ਨਾਮ ਬਣਾ ਲਿਆ। ਜੱਸੀ ਗਿੱਲ ਇਸ ਸਮੇਂ ਦੁਨੀਆਂ ਦਾ ਸਭ ਤੋਂ ਖੁਸ਼ ਇਨਸਾਨ ਹੈ, ਕਿਉਂਕਿ ਜੱਸੀ ਗਿੱਲ ਜਲਦ ਹੀ ਨਜ਼ਰ ਆਉਣ ਵਾਲਾ ਹੈ ਬਾਲੀਵੁੱਡ ਫਿਲਮ ਪੰਗਾ 'ਚ। ਇਸ ਫਿਲਮ 'ਚ ਉਹ ਬਾਲੀਵੁੱਡ ਕੁਈਨ ਯਾਨੀ ਕਿ ਕੰਗਨਾ ਰਨੌਤ ਦੇ ਨਾਲ ਸਕਰੀਨ ਸ਼ੇਅਰ ਕਰਦਾ ਹੋਇਆ ਨਜ਼ਰ ਆਏਗਾ। ਦ ਐਕਟਰ ਹੈ ਸ਼ੇਅਰ ਦਾ ਪੋਸਟਰ ਔਨ ਹਿਸ ਸੋਸ਼ਲ ਮੀਡੀਆ ਐਂਡ ਹਿਸ ਫੈਨਸ ਕਾਂਟ ਕੰਟਰੋਲ ਦੇਅਰ ਹੈਪੀਨੈਸ। ਪੰਗਾ ਇਜ਼ ਅ ਫਿਲਮ ਵਿਚ ਵਿਲ ਰਿਵੀਲ ਅਰਾਊਂਡ ਦਾ ਲਾਈਫ ਆਫ ਨੈਸ਼ਨਲ ਲੈਵਲ ਕਬੱਡੀ ਪਲੇਅਰ। ਦਿਸ ਵਿਲ ਬੀ ਐਕਟਰ ਸੈਕਿੰਡ ਬਾਲੀਵੁੱਡ ਫਿਲਮ। ਹੀ ਟੁੱਕ ਟੂ ਹਿਸ ਇੰਸਟਾਗ੍ਰਾਮ ਅਕਾਊਂਟ ਐਂਡ ਸ਼ੇਅਰ ਦਾ ਪੋਸਟਰ। ਜੋ ਸਪਨੇ ਦੇਖਤੇ ਹੈ ਵੋ ਪੰਗਾ ਲੇਤੇ ਹੈ। ਪ੍ਰਸ਼ਾਂਤ, ਜਯਾ ਔਰ ਆਦਿ ਕੀ ਕਹਾਣੀ ਹਮ ਸਬਸੇ ਜੁੜੀ ਹੈ। ਟ੍ਰੇਲਰ ਆਊਟ ਔਨ 23 December 2019। ਫੈਨਸ ਇਨਕਲੂਡਿੰਗ ਬਾਲੀਵੁੱਡ ਸੈਲੀਬ੍ਰਿਟੀਜ਼ ਔਰ ਆਲਸੋ ਵਿਸ਼ਿੰਗ ਜੱਸੀ ਗਿੱਲ ਫੋਰ ਹਿਸ ਸਕਸੈਸ ਹੈਵ ਏ ਲੁੱਕ ਹੇਅਰ ਇਨ ਦਾ ਪੋਸਟਰ। ਜੱਸੀ ਸੀਨ ਸਿਟਿੰਗ ਬਿਸਾਈਡ ਕੰਗਨਾ ਐਂਡ ਬੋਥ ਆਰ ਲਾਫਿੰਗ। ਏ ਚਾਈਲਡ ਇਜ਼ ਆਲਸੋ ਸਪੋਟਡ sitting with them on the poster. The film is releasing on January 24, 2020. Panga is a film that will reveal around the life of a national level kabaddi player. How she struggles, overcomes of stereotypes and in this journey how her family supports. The film will be directed by Ashwani Lear Tiwari. ਵੈਲ ਗਾਈਜ਼, ਤੁਸੀਂ ਇਸ ਫਿਲਮ ਨੂੰ ਦੇਖਣ ਦੇ ਲਈ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ ਅਤੇ ਤੁਹਾਨੂੰ ਇਸ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਖਾਸ ਲੱਗ ਰਿਹਾ ਜੋ ਦੇਖਣ ਵਾਲਾ ਹੋਏਗਾ, ਕਮੈਂਟ ਕਰਕੇ ਜ਼ਰੂਰ ਦੱਸੋ। ਫੋਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।